ਕਿਸਾਨੀ ਅੰਦੋਲਨ ਦੇ ਵਿੱਚ ਲਗਾਤਾਰ ਕਿਸਾਨ ਜਿਹੜੇ ਉਹ ਡਟੇ ਨਜ਼ਰ ਆ ਰਹੇ ਆ। ਫਿਲਹਾਲ ਸੰਘਣੀ ਧੁੰਦ ਕਾਰਨ ਪਾਰਾ ਵੀ ਜਿਹੜਾ ਉਹ ਕਾਫੀ ਡਿੱਗ ਚੁੱਕਿਆ, ਤਾਂ ਕੀ ਕੁਝ ਹਾਲਾਤ ਨੇ ਜਾਣਦਿਆਂ ਮਨਜੀਤ ਸਿੰਘ ਰਾਏ ਤੋਂ, ਔਰ ਅਗਲੀ ਕੀ ਸਟ੍ਰੈਟਜੀ ਹੈ ਰਾਏ ਸਾਹਿਬ, ਕਿਵੇਂ ਦੇਖਦੇ ਹੋ ਸਾਰਾ ਵਰਤਾਰਾ, ਕਿਉਂਕਿ ਅੱਜ 6ਵਾਂ ਦਿਨ ਹੈ ਔਰ ਮੀਟਿੰਗ ਵੀ ਅੱਜ ਹੈਗੀ ਹੈ, ਕੁਝ ਹੀ ਘੰਟੇ ਰਹਿ ਗਏ ਆ ਮੀਟਿੰਗ ਤੋਂ ਬਾਅਦ, ਕੁਝ ਹੱਲ ਜਿਹੜਾ ਹੈਗਾ ਉਹ ਲੱਗਦਾ ਨਿਕਲੂਗਾ ਕੁਝ? ਦੇਖੋ, ਅਸੀਂ ਹਮੇਸ਼ਾ ਪੋਜ਼ਿਟਿਵ ਰੁੱਖ ਲੈ ਕੇ ਜਾਈਦਾ, ਆਸ਼ਾਵਾਦੀ ਹਾਂ ਹਮੇਸ਼ਾ। ਅਸੀਂ ਕਦੇ ਟੇਬਲ ਟਾਕ ਤੋਂ ਨਹੀਂ ਭੱਜੇ, ਮੀਟਿੰਗ ਸਰਕਾਰ ਦੇਵੇ ਤੋਂ ਕਦੇ ਪਿੱਛੇ ਨਹੀਂ ਹਟੇ। ਹਮੇਸ਼ਾ ਅਸੀਂ ਸਮਝਦੇ ਗੱਲਬਾਤ ਨਾਲ ਹੀ ਮਸਲੇ ਹੱਲ ਹੁੰਦੇ, ਪਰ ਸਰਕਾਰ ਕਰਨਾ ਚਾਹੇ, ਜੇ ਸਰਕਾਰ ਨਹੀਂ ਕਰਨਾ ਚਾਹੁੰਦੀ ਤਾਂ ਫਿਰ ਸਾਡੀ ਮਜਬੂਰੀ ਹੁੰਦੀ ਹੈ ਵੀ ਅਸੀਂ ਆਪਣਾ ਜਿਹੜਾ ਸੰਗਤ ਨੂੰ ਕਹਿ ਕੇ ਆਏ ਹਾਂ ਵੀ ਆਪਾਂ ਦਿੱਲੀ ਚੱਲਾਂਗੇ, ਫਿਰ ਜਾਵਾਂਗੇ ਦਿੱਲੀ। ਮੰਗਾਂ ਇੱਕ ਵਾਰ ਅੱਬਲ ਤੇ ਵੈਸੇ ਲੋਕ ਸਾਰਿਆਂ ਨੂੰ ਜਾਣਦੇ, ਫਿਰ ਵੀ ਇੱਕ ਦੋ ਮੰਗਾਂ ਜਿਹੜੀਆਂ ਮੁੱਖ ਹੈਗੀਆਂ, ਤੁਸੀਂ ਉਹ ਡਿਟੇਲ ਦੇ ਨਾਲ ਦੱਸ ਦਿਓ ਵੀ ਉਹ ਮੰਗਾਂ ਦੇ ਨਾਲ ਕਿਸਾਨਾਂ ਨੂੰ ਕੀ ਫਾਇਦਾ ਹੁੰਦਾ, ਔਰ ਦੂਸਰੀ ਤਰਫ ਜਿਵੇਂ MSP ਆ ਉਹਨੂੰ ਲੈ ਕੇ ਕਈ ਕੇਂਦਰ ਸਰਕਾਰ ਦੇ ਵੀ ਜਿਹੜੇ ਬੰਦੇ ਆ ਜਾਂ ਹੋਰ ਕਈ ਲੋਕ ਕਹਿੰਦੇ ਆ ਵੀ ਆਰਥਿਕ ਬੋਝ ਵਧੇਗਾ ਸਰਕਾਰ ਦੇ ਉੱਪਰ। ਦੇਖੋ, ਇਹ ਇੱਕ ਭਰਮ ਭੁਲੇਖਾ ਪੈਦਾ ਕੀਤਾ ਜਾ ਰਿਹਾ, ਉਹਦਾ ਭਰਮ ਪੈਦਾ ਕੀਤਾ ਜਾ ਰਿਹਾ। ਉਹਦੇ ਵਿੱਚ ਮੈਂ ਇਹ ਸਮਝਦਾ ਵੀ ਕਿਤੇ ਕੋਈ ਸਰਕਾਰ 'ਤੇ ਵੱਡਾ ਬੋਝ ਨਹੀਂ। ਇਹਨਾਂ ਦੀ ਇੱਕ ਏਜੰਸੀ ਆ CRISIL, ਉਹਨੇ ਅੰਕੜੇ ਦਿੱਤੇ ਆ ਵੀ ਟੋਟਲ ਜਿਹੜੀ ਖਰੀਦੀ ਕਰਨੇ ਨੂੰ ਇਹਨਾਂ ਨੂੰ 6 ਲੱਖ ਕਰੋੜ ਰੁਪਈਆ ਚਾਹੀਦਾ, ਔਰ ਉਹ 6 ਲੱਖ ਕਰੋੜ ਰੁਪਈਏ ਦੀ ਫਸਲ ਖਰੀਦਣੀ ਹੈ, ਖਰੀਦ ਕੇ ਉਹ ਅੱਗੇ ਵੇਚਣੀ ਹੈ। ਉਹ ਰੱਖ ਤਾਂ ਛੱਡਣੀ ਨਹੀਂ, ਕਿਤੇ ਸਮੁੰਦਰ ਥੋੜ੍ਹਾ ਸੁੱਟ ਦੇਣੀ ਹੈ, ਅੱਗੇ ਵੇਚਣੀ ਹੈ। ਜਦੋਂ ਵੇਚਣੀ ਉਹ 6 ਲੱਖ ਕਰੋੜ ਇਹਨਾਂ ਨੂੰ ਵਾਪਸ ਆ ਜਾਣਾ, ਉਹ ਸਰਕਲ ਚੱਲਣਾ। ਕੇਵਲ ਅਤੇ ਕੇਵਲ ਉਹ ਏਜੰਸੀ ਨੇ ਦੱਸਿਆ ਵੀ ਜਿਹੜਾ ਉਹਦੀ ਸਾਂਭ ਸੰਭਾਲ 'ਤੇ ਖਰਚਾ ਆਉਣਾ ਉਹ 21,000 ਕਰੋੜ ਹੈ ਸਿਰਫ, ਜਿਹੜਾ ਇਹ ਕਹਿ ਰਹੇ ਨਾ ਵੀ 17 ਲੱਖ ਕਰੋੜ ਵੀ ਇਹ 'ਤੇ ਖਰਚਾ ਆਉਣਾ ਜੀ, ਐਵੇਂ ਲੋਕਾਂ ਨੂੰ ਗੁੰਮਰਾਹ ਕਰ ਰਿਹਾ। ਕੇਵਲ 21,000 ਕਰੋੜ ਰੁਪਈਆ ਜਿਹੜਾ ਦੇਸ਼ ਦਾ ਅੰਨਦਾਤਾ ਸਾਡੀ GDP ਦੇ ਵਿੱਚ 20% ਹਿੱਸਾ ਪਾ ਰਿਹਾ, ਦੇਸ਼ ਦੀ ਆਮਦਨ ਦੇ ਵਿੱਚ, ਦੇਸ਼ ਦੀ ਅਰਥ ਵਿਵਸਥਾ ਦੇ ਵਿੱਚ 20% ਹਿੱਸਾ ਪਾ ਰਿਹਾ, ਕੀ ਉਹਦੇ ਵਾਸਤੇ 21,000 ਕਰੋੜ ਵੀ ਨਹੀਂ ਰੱਖਿਆ ਜਾ ਸਕਦਾ? ਜਿਹੜਾ ਕਿ ਆਲਰੇਡੀ ਇਹਨਾਂ ਨੇ ਮੇਰੇ ਖਿਆਲ ਦੇ ਵਿੱਚ ਜੋ ਅਸੀਂ ਦੇਖਿਆ ਬਜਟ ਦੇ ਵਿੱਚ, ਕਿਉਂਕਿ ਪਿਛਲੀ ਵਾਰ 3.15% ਜਿਹੜਾ ਸੀਗਾ ਉਹ ਇਹਨੀ ਬਜਟ ਰੱਖਿਆ ਸੀ ਸਾਡੇ ਲਈ, ਇਸ ਵਾਰ 3.8% ਰੱਖਿਆ। ਕਹਿਣ ਦਾ ਭਾਵ ਹੈ ਅਸੀਂ ਦੇਸ਼ ਦੀ ਅਰਥ ਵਿਵਸਥਾ ਨੂੰ ਚਲਾਉਣ ਲਈ ਤਾਂ ਯੋਗਦਾਨ ਪਾ ਰਹੇ ਹਾਂ 20%, ਪਰ ਸਾਨੂੰ ਜਿਹੜਾ ਬਜਟ ਹੈ ਪੂਰੇ ਦੇਸ਼ ਦਾ ਉਹ 'ਚੋਂ 3% ਦਿੱਤਾ ਜਾਂਦਾ। ਇਹ ਸਰਕਾਰ ਜਿਹੜੀ ਆ ਦੋਗਲੀ ਨੀਤੀ ਅਪਣਾਉਂਦੀ ਆ ਆਪਣੇ ਦੇਸ਼ ਦੇ ਕਿਸਾਨ ਨੂੰ, ਅਗਰ ਉਸਦੇ ਵਿੱਚੋਂ ਇਹ 21,000 ਰੁਪਈਆ ਸਿਰਫ ਖਰਚ ਦੇਣ, ਪੂਰੇ ਦੇਸ਼ ਦੀ ਜਿਹੜੀ ਆ MSP 'ਤੇ ਸਰਕਾਰ ਗਰੰਟੀ ਨਾਲ ਖਰੀਦ ਸਕਦੀ ਆ, ਉਹ ਇੱਕ ਸਰਕਲ ਬਸ ਉਹਦਾ ਚੱਲਣਾ, ਉਹ ਪੈਸੇ ਇੱਕ ਵਾਰ ਇਨਵੈਸਟ ਹੋਣੇ ਆ, ਮੁੜ ਕੇ ਉਹ ਸਰਕਾਰ ਦੇ ਖਾਤੇ 'ਚ ਆ ਜਾਣੇ ਆ, ਫਸਲ ਵੇਚਣੀ ਹੈ ਫਿਰ ਮੁੜ ਕੇ ਖਰੀਦਣੀ ਹੈ, ਫਿਰ ਕਿਸਾਨਾਂ ਦੇ ਖਾਤੇ 'ਚ ਜਾਣੇ ਆ, ਸਰਕਾਰ ਨੇ ਅੱਗੇ ਫਸਲ ਵੇਚਣੀ ਆ, ਸਰਕਾਰ ਦੇ ਫਿਰ ਖਾਤੇ 'ਚ ਆ ਜਾਣੇ। ਐਵੇਂ ਇਹ ਭਰਮ ਭੁਲੇਖਾ ਬਣਾਇਆ ਹੋਇਆ ਵੀ ਇਹਦੇ ਲਈ ਜੀ ਵੱਡਾ ਬਜਟ ਚਾਹੀਦਾ ਹੈ, ਸਰਕਾਰ ਦਾ ਤਾਂ ਐਡਾ ਬਜਟ ਹੀ ਹੈ ਨਹੀਂ। ਇਹ ਜਿਹੜੇ ਅਰਥ ਸ਼ਾਸਤਰੀ ਵੀ ਸਰਕਾਰ ਦੇ ਪੱਖੀ ਬੋਲਦੇ ਆ, ਪਰ ਜਿਹੜੇ ਦਵਿੰਦਰ ਸ਼ਰਮਾ ਜੀ ਹੈ ਐਕਸਪਰਟ ਨੇ ਉਹ ਐਗਰੀਕਲਚਰ ਦੇ ਵਿੱਚ, ਉਹਨਾਂ ਨੇ ਇਹ ਅੰਕੜੇ ਦਿੱਤੇ ਸੀ 36,000 ਕਰੋੜ ਦੇ, ਪਰ ਜਿਹੜੀ ਇਹਨਾਂ ਦੀ ਸਰਕਾਰੀ ਏਜੰਸੀ ਆ ਉਹਨਾਂ ਹੀ ਖੁਦ ਹੁਣ 21,000 ਕਰੋੜ ਦੇ ਦਿੱਤੇ, ਕਿਤੇ ਥੋੜ੍ਹਾ ਬਹੁਤ ਹੇਰ ਫੇਰ ਰਹਿ ਗਿਆ ਉਹ। ਮਤਲਬ ਕਹਿਣ ਦਾ ਭਾਵ ਹੈ ਵੀ 21,000 ਕਰੋੜ ਜਾਂ 25,000 ਕਰੋੜ ਰੁਪਈਆ ਆਪਣੇ ਪੂਰੇ ਦੇਸ਼ ਦੇ ਕਿਸਾਨਾਂ ਨੂੰ ਦੇਣਾ ਹੋਵੇ ਕਿੰਨਾ ਆਉਂਦਾ ਜੀ? ਉਹ ਇੱਕ ਇੱਕ ਸਟੇਟ ਨੂੰ 1,000 ਕਰੋੜ ਨਹੀਂ ਆਉਂਦਾ, ਜੇ ਲਾਇਆ ਜਾਵੇ 1,000 ਕਰੋੜ ਨਹੀਂ
ਸਰਕਾਰ ਦਾ ਦੇਣਾ ਬਣਦਾ। ਪਰ ਉਹ ਸਰਕਾਰ ਜਿਹੜੀ ਆ, ਸਰਕਾਰ ਦੀ ਮੰਸ਼ਾ ਨਹੀਂ, ਨੀਅਤ ਨਹੀਂ, ਸਰਕਾਰ ਹੈਗੀ ਆ ਕਾਰਪੋਰੇਟ ਪੱਖੀ। ਮੈਂ ਬਹੁਤ ਵਾਰ ਕਿਹਾ ਵੀ ਇਹ ਚਾਹੁੰਦੇ ਨੇ ਵੀ ਦੇਸ਼ ਦੀ ਸਾਰੀ ਪੂੰਜੀ ਉਹ ਚੰਦ ਘਰਾਣਿਆਂ ਦੇ ਹੱਥਾਂ ਦੇ ਵਿੱਚ, ਅਤੇ ਦੇਸ਼ ਦੀ ਸੱਤਾ ਉਹ ਆਰ ਐੱਸ ਐੱਸ ਬੀ ਜੇ ਪੀ ਦੇ ਹੱਥਾਂ ਦੇ ਵਿੱਚ, ਪੂਰਾ ਦੇਸ਼ ਨੂੰ ਗੁਲਾਮ ਬਣਾ ਕੇ ਰੱਖੀਏ। ਜਿਵੇਂ ਹੁਣ ਇਸ ਅੰਦੋਲਨ 'ਚ ਨਜ਼ਰ ਆਇਆ ਵੀ ਇਹਨਾਂ ਨੇ ਹਰਿਆਣੇ ਦੇ ਵਿੱਚ ਘਰ ਘਰ ਜਾ ਕੇ ਪਟਵਾਰੀ ਭੇਜ ਦਿੱਤੇ ਪਿੰਡਾਂ ਦੇ ਵਿੱਚ, ਵੀ ਜੇਕਰ ਤੁਸੀਂ ਅੰਦੋਲਨ 'ਚ ਗਏ ਤੁਹਾਡੀਆਂ ਜ਼ਮੀਨਾਂ ਜ਼ਬਤ ਕਰਾਂਗੇ, ਤੁਹਾਡੇ ਪਾਸਪੋਰਟ ਜ਼ਬਤ ਕਰਾਂਗੇ, ਤੁਹਾਡੇ ਬੱਚਿਆਂ ਦੇ ਪਾਸਪੋਰਟ ਨਹੀਂ ਬਣਨ ਦੇਵਾਂਗੇ। ਬੱਚੇ ਵੀ ਕੀਤੇ ਆ, ਕਈਆਂ ਬੱਚੇ ਵੀ ਕੀਤੇ ਆ। ਉਹ ਇੱਕ ਤਰ੍ਹਾਂ ਦਾ ਇਹ ਬੀਜੇਪੀ ਪੂਰੇ ਦੇਸ਼ ਨੂੰ ਗੁਲਾਮੀ ਦਾ ਅਹਿਸਾਸ ਕਰਾਉਣਾ ਚਾਹੁੰਦੀ ਹੈ। ਸਾਰਾ ਮਸਲਾ ਇੱਥੇ ਹੈ, ਹੋਰ ਕਮੀ ਕੁਛ ਨਹੀਂ, ਕੋਈ ਵੱਡਾ ਖਰਚਾ ਨਹੀਂ ਲੱਗਣਾ, ਕੋਈ ਇਹਨਾਂ ਨੂੰ ਸਰਕਾਰ ਨੂੰ ਘਾਟਾ ਨਹੀਂ ਪੈਣਾ। ਕੇਵਲ ਇੱਕ ਭਰਮ ਬਣਾਇਆ ਆ ਲੋਕਾਂ ਨੂੰ ਵੀ ਸਿਰਫ ਦੇਖੋ ਜੀ ਇਹ ਤਾਂ ਜਿੰਨੇ ਮੰਗ ਰਹੇ ਇਹਨੇ ਦੇ ਹੀ ਨਹੀਂ ਸਕਦੇ, ਇੱਕ ਭਰਮ ਹੈ। ਹਰਿਆਣੇ ਜਿਵੇਂ ਰੋਕਿਆ ਜਾ ਰਿਹਾ ਕਿਸਾਨਾਂ ਨੂੰ ਤੁਹਾਡਾ ਸਮਰਥਨ ਕਰਨ ਤੋਂ, ਔਰ ਅੱਗੇ ਉਹਦੇ ਨਾਲ ਕਿੰਨਾ ਕੁ ਫਰਕ ਪਿਆ? ਹਰਿਆਣੇ ਦੇ ਕਿੰਨੇ ਕੁ ਕਿਸਾਨ ਇੱਥੇ ਪਹੁੰਚੇ ਆ ਤੁਹਾਡੇ ਕੋਲ, ਸਮਰਥਨ ਦੀ ਕੀ ਗੱਲ ਹੁੰਦੀ ਹੈ? ਕਿਉਂਕਿ ਕਈ ਤਾਂ ਕੱਲ੍ਹ ਵੀ ਜਿਹੜੀ ਏਜੰਸੀ ਤੁਹਾਡੇ ਜਿਹੜੀ ਜਥੇਬੰਦੀ ਆਈਆਂ ਸੀ ਉਹਨਾਂ ਦਾ ਕਿਹਾ ਵੀ ਜੀ ਪੰਜਾਬ ਦਾ ਬਾਰਡਰ ਟਪੋ ਅਸੀਂ ਅੱਗੋਂ ਆਪੇ ਸਾਂਭ ਲਾਂਗੇ। ਦੇਖੋ ਇੱਧਰ ਨੂੰ ਨਹੀਂ ਆਉਣ ਦਿੱਤਾ ਜਾ ਰਿਹਾ ਉਹਨਾਂ ਨੂੰ, ਉਹ ਤਾਂ ਜਿਹੜੇ ਕੁਛ ਛਾਤੀ ਹਰਿਆਣੇ ਵਾਲੇ 12 ਤਰੀਕ ਤੋਂ ਪਹਿਲਾਂ ਦੇ ਆ ਗਏ ਹੋਏ ਆ ਟੱਪ ਕੇ, ਜਾਂ ਕੋਈ ਜਿਹਨਾਂ ਨੂੰ ਕੱਚੇ ਕੁੱਚੇ ਰਾਹਿਆਂ ਦਾ ਪਤਾ ਘੁੰਮ ਘੰਮ ਕੇ ਉਹ ਚੋਰੀ ਛਿੱਪੇ ਆ ਜਾਣ ਅਤੇ ਆ ਜਾਣ। ਪਰ ਉਸ ਤੋਂ ਬਾਅਦ ਜਿਹੜੇ ਉੱਥੇ ਆਗੂ ਆ ਉਹਨਾਂ ਨੂੰ ਡਿਟੇਨ ਕੀਤਾ ਹੋਇਆ ਉਹਨਾਂ ਦੇ ਘਰਾਂ 'ਚ, ਬਾਹਰ ਪੁਲਿਸ ਲਾਈ ਹੋਈ ਹੈ, ਅਤੇ ਜਿਹੜੇ ਆਮ ਕਿਸਾਨ ਨੇ ਸਾਡੇ ਉਹਨਾਂ ਨੂੰ ਡਰ ਦਾ ਮਾਹੌਲ ਪੈਦਾ ਕੀਤਾ ਹੋਇਆ ਵੀ ਜੇ ਤੁਸੀਂ ਗਏ ਤਾਂ ਤੁਹਾਡੀਆਂ ਜ਼ਮੀਨਾਂ ਜ਼ਬਤ ਕਰ ਲਾਂਗੇ, ਉੱਥੇ ਵੀ ਫੋਰਸ ਲਾਈ ਹੋਈ ਹੈ। ਇਹ ਜਦੋਂ ਆਹ ਬਾਰਡਰ ਟੁੱਟ ਕੇ ਅੱਗੇ ਨਿਕਲੇ ਨਾ, ਉਹ ਆਪਣੇ ਆਪ ਸਾਰੇ ਕੀ ਗੱਲ ਅੱਗੇ ਲੰਘ ਨਹੀਂ ਸਕਦੇ। ਇਹ ਦੇਖ ਲਓ ਇਹ ਹੁਣ ਵੱਖਰਾ ਕੋਈ ਦੇਸ਼ ਆ, ਅਸੀਂ ਪੰਜਾਬ ਜਿਹੜਾ ਹੈ ਭਾਰਤ ਦਾ ਸੂਬਾ ਨਹੀਂ, ਅਸੀਂ ਆਪਣੀ ਰਾਜਧਾਨੀ ਨੂੰ ਜਾਣਾ ਚਾਹੁੰਦੇ ਹਾਂ। ਬੜਬੜੀਆਂ ਨਹੀਂ, ਦੀਵਾਰਾਂ ਕੀਤੀਆਂ ਹੋਈਆਂ, ਇੱਥੇ ਕਿੱਲਾਂ ਲਾਈਆਂ ਹੋਈਆਂ, ਇਹ ਤਾਂ ਮੇਰੇ ਖਿਆਲ ਦੇ ਵਿੱਚ ਪਾਕਿਸਤਾਨ ਦਾ ਬਾਰਡਰ ਨਹੀਂ ਇੰਨਾ ਇਹਨਾਂ ਤੋਂ ਪੱਕਾ ਹੋਇਆ, ਚੀਨ ਦਾ ਬਾਰਡਰ ਨਹੀਂ ਇਹਨਾਂ ਤੋਂ ਇੰਨਾ ਪੱਕਾ ਹੋਇਆ, ਪਰ ਆਹ ਬਾਰਡਰ ਜ਼ਰੂਰ ਪੱਕਾ ਕੀਤਾ ਹੋਇਆ ਜਿਹੜਾ ਪੰਜਾਬ ਦਾ ਬਾਰਡਰ ਆ ਦਿੱਲੀ ਨੂੰ ਜਾਣ ਵਾਸਤੇ। ਇਸ ਤੋਂ ਅੱਗੇ ਵੀ ਕਹਿੰਦੇ ਹੋਰ ਜ਼ਿਆਦਾ ਸਖਤੀ ਕੀਤੀ ਹੋਈ ਹੈ, ਤਾਂ ਸ਼ੰਭੂ ਬਾਰਡਰ ਫਿਰ ਵੀ ਹਲੇ ਘਾਟਾ, ਅੱਗੇ ਤਾਂ ਹੋਰ ਜ਼ਿਆਦਾ ਫੋਰਸ ਲਾਈ ਹੋਈ ਹੈ, ਬਹੁਤ ਜ਼ਿਆਦਾ ਬੈਰੀਕੇਟਿੰਗ ਕੀਤੀ ਹੋਈ ਹੈ। ਇਹ ਕੁਛ ਵੀ ਨਹੀਂ, ਅਸੀਂ ਆਪਣੇ ਬੱਚਿਆਂ ਨੂੰ ਰੋਕਿਆ ਹੋਇਆ, ਇਹ ਤਾਂ ਆਗੂਆਂ ਨੇ ਰੋਕਿਆ ਹੋਇਆ ਬਈ ਸਰਕਾਰ ਨਾਲ ਮੀਟਿੰਗ ਚੱਲਦੀ ਆ, ਇਸ ਕਰਕੇ ਆਪਾਂ ਸ਼ਾਂਤੀ ਬਣਾ ਕੇ ਰੱਖਣੀ ਆ। ਜਿਸ ਵੇਲੇ ਨੌਜਵਾਨਾਂ ਨੂੰ ਆਖ ਦਿੱਤਾ ਆਗੂਆਂ ਨੇ ਫਿਰ ਤਕੜੇ ਹੋ ਜਾਓ, ਆਪਣੀਆਂ ਫੌਜਾਂ ਕੱਸ ਦਿੱਤੀਆਂ ਇੱਧਰ ਨੂੰ, ਅਤੇ ਫਿਰ ਇਹ ਕੋਈ ਮਾਈਦਾ ਲਾਲੇ ਨੇ ਰੋਕ ਨਹੀਂ ਸਕਦਾ। ਇਹ ਸਰਕਾਰ ਨੂੰ ਵੀ ਪਤਾ ਹੈ, ਡਰ ਕਿਸ ਗੱਲ ਦਾ ਹੈ ਜਿਹੜੇ ਆ ਥੈਂ ਥੈਂ ਲਾਏ ਹੋਆ, ਇਸੇ ਗੱਲ ਦਾ ਹੈ ਨਾ ਵੀ ਆਵਣਗੇ ਦਿੱਲੀ, ਇਹ ਹੋ ਰਹੀ ਹੈ ਕਿਤੇ ਕੋਈ ਅੱਤਵਾਦੀ ਨੇ, ਇਹਨੇ ਕਿਸੇ ਦਾ ਨੁਕਸਾਨ ਕਰਨਾ, ਇਹ ਲੰਗਰ ਲਾਉਂਦੇ ਨੇ, ਲੋਕਾਂ ਦੇ ਢਿੱਡ ਭਰਦੇ ਨੇ, ਤੁਸੀਂ ਦੇਖਿਆ ਉਹ ਪਿਛਲੇ ਅੰਦੋਲਨ 'ਚ ਟਰੱਕਾਂ ਦੇ ਟਰੱਕ ਕੱਪੜੇ ਦੇ ਗਏ ਉੱਥੇ, ਉੱਥੇ ਕੋਈ ਵਿਤਕਰਾ ਨਹੀਂ ਕੀਤਾ ਗਿਆ ਵੀ ਅਸੀਂ ਕਿਸਾਨਾਂ ਨੂੰ ਹੀ ਦੇਣਾ, ਜਿੰਨੀ ਆਲੇ ਦੁਆਲੇ ਫੈਕਟਰੀਆਂ 'ਚ ਮਜ਼ਦੂਰ ਵਰਗ ਕੰਮ ਕਰਦਾ ਉਹਨਾਂ ਦੇ ਬੱਚੇ ਵੀ ਉਹ ਆਪ ਵੀ ਕੱਪੜੇ ਲਗਾਏ। ਜਿਹੜੇ ਲੋਕ ਲੰਗਰ ਲਾਉਂਦੇ ਨੇ ਢਿੱਡ ਭਰਦੇ ਨੇ ਖਾਲੀ, ਜਿਹੜੇ ਲੋਕ ਨੰਗੇ ਪਿੰਡੇ ਨੂੰ ਕੱਪੜਾ ਪਾਉਂਦੇ ਨੇ, ਜਿਹੜੇ ਲੋਕ ਜਦੋਂ ਦਿੱਲੀ 'ਚ ਆਕਸੀਜਨ ਮੁੱਕ ਗਈ ਆਕਸੀਜਨ ਦਿੱਤੀ, ਮੈਨੂੰ ਪਤਾ ਮੈਂ ਉਸ ਟੀਮ 'ਚ ਸੀ, 25 ਸਿਲੰਡਰ ਇੱਕ ਵਾਰੀ ਭੇਜੇ, 25 ਇੱਕ ਵਾਰੀ ਭੇਜੇ, ਦਿੱਲੀ ਸਰਕਾਰ ਤੋਂ ਨਹੀਂ ਸੀ ਪੂਰੀ ਹੋ ਰਹੀ ਆਕਸੀਜਨ ਕਰੋਨਾ ਕਾਲ, ਅਤੇ ਜਿਹੜੇ ਲੋਕ ਮਰਦੇ ਨੂੰ ਸਾਹ ਦਿੰਦੇ ਨੇ, ਫਿਰ ਜਿਹੜੇ ਲੋਕ ਦਿੱਲੀ ਸਰਕਾਰ ਤੋਂ ਜਦੋਂ ਜ਼ਿਆਦਾ ਕੈਜੁਅਲਟੀ ਡੈਥ ਹੋ ਗਈਆਂ ਅਤੇ ਇਹਨਾਂ ਦੇ ਕੋਲੋਂ ਉਹ ਸੰਭਾਲੇ ਨਹੀਂ ਗਏ, ਉਹਨਾਂ ਦੀ ਸੰਸਕਾਰ ਨਹੀਂ ਕੀਤੇ ਗਏ, ਸਾਡੇ ਲੋਕਾਂ ਨੇ ਬੱਚਿਆਂ ਨੇ ਜਾ ਕੇ ਵਲੰਟੀਅਰ ਅਸੀਂ ਭੇਜੇ ਉਹੀ ਸੰਸਕਾਰ ਕੀਤੇ। ਜਿਹੜੇ ਜਨਮ ਤੋਂ ਲੈ ਕੇ ਮਰਨ ਤੱਕ ਸਾਂਭ ਸੰਭਾਲ ਕਰਦੇ ਨੇ ਲੋਕਾਂ ਦੀ, ਉਹਨਾਂ ਨੂੰ ਢਿੱਡ ਭਰਦੇ ਨੇ, ਕੱਪੜੇ ਦਿੰਦੇ ਨੇ, ਸਾਹ ਦਿੰਦੇ ਨੇ,
ਤੇ ਅਖੀਰ ਤੱਕ ਉਹਦੇ ਕੰਮ ਆਉਂਦੇ ਨੇ ਕਿ ਉਹ ਅੱਤਵਾਦੀ ਨੇ। ਉਹ ਤਾਂ ਇਹ ਜਿਹੜੀ ਸਰਕਾਰ ਹੈ ਇੱਕ ਇਹ ਚਿਹਰਾ ਇੱਦਾਂ ਦਾ ਬਣਾਉਣਾ ਚਾਹੁੰਦੀ ਕਿਸਾਨ ਦਾ ਵੀ ਦੇਖੋ ਜੀ ਇਹ ਤਾਂ ਹੜਦੂਕਾਰੀ ਆ ਗਏ, ਦੇਖੋ ਜੀ ਇਹਨਾਂ ਦਾ ਮੀਡੀਆ ਵੀ ਉਹ ਗੋਦੀ ਮੀਡੀਆ ਬੋਲੀ ਜਾਂਦਾ, ਇਹ ਤੋਂ ਅਰਾਜਕਤਾ ਫੈਲਾਏਗੇ। ਕਿਹੜੀ ਅਰਾਜਕਤਾ ਜੀ, ਅਰਾਜਕਤਾ ਤਾਂ ਫੈਲਾਈ ਇਹਨਾਂ ਨੇ, ਤੁਸੀਂ ਦੇਖਿਆ ਉਹ 13 ਤਰੀਕ ਨੂੰ ਸਾਡੇ ਬੱਚੇ ਉੱਧਰ ਨੂੰ ਨਹੀਂ ਜਾਂਦੇ, ਉਹਨਾਂ ਦਾ ਡਰੋਨ 500 ਮੀਟਰ ਤੱਕ ਅੰਦਰ ਆਉਂਦਾ ਸੀ ਅਰਾਜਕਤਾ ਫੈਲਾਉਣ। ਅਰਾਜਕਤਾ ਇਹ ਫੈਲਾ ਰਹੇ ਨੇ, ਅਰਾਜਕਤਾ ਬੀਜੇਪੀ ਵਾਲੇ ਫੈਲਾ ਰਹੇ ਨੇ, ਅਰਾਜਕਤਾ ਇਹਨਾਂ ਦੀ ਸਰਕਾਰ ਫੈਲਾ ਰਹੀ ਹੈ। ਅਤੇ ਇਹਨਾਂ ਦੀ ਪੋਲਿਸੀ ਆ ਵੀ ਲੋਕਾਂ ਨੂੰ ਭੈ ਦੇ ਮਾਹੌਲ 'ਚ ਰੱਖੋ। ਸੋ ਮੈਂ ਤਾਂ ਪੂਰੇ ਦੇਸ਼ ਨੂੰ ਆਪਦੇ ਮਾਧਿਅਮ ਰਾਹੀਂ ਅਪੀਲ ਕਰਨਾ ਚਾਹੁੰਦਾ ਕਿ ਦੇਸ਼ ਵਾਸੀਓ ਇਕੱਠੇ ਹੋਵੋ, ਇਕੱਠੇ ਹੋਣ ਤੋਂ ਬਗੈਰ ਇਸ ਜਾਬਰ ਸਰਕਾਰ ਨੂੰ ਆਪਾਂ ਸਬਕ ਨਹੀਂ ਸਿਖਾ ਸਕਦੇ। ਅਤੇ ਜਿਹੜੇ ਕਿਸਾਨ ਮੇਰੇ ਪੰਜਾਬ 'ਚ ਬੈਠੇ ਨੇ, ਕਿਸਾਨ ਵੀਰਾਂ ਨੂੰ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਸਾਰੇ ਕਿਸਾਨ ਵੀਰ ਆਓ, ਆਪਾਂ ਤਕੜੇ ਹੋਈਏ। ਅਤੇ ਇਹ ਵੀ ਬੇਨਤੀ ਕਰਦਾ ਵੀ ਇੱਥੇ ਗਿਣਤੀ ਵਧਾਓ, ਸੰਗਤ ਜਿੰਨੀ ਵੱਧ ਤੋਂ ਵੱਧ ਲੈ ਕੇ ਆ ਸਕਦੇ ਹਾਂ ਉਹ ਲੈ ਕੇ ਆਓ, ਫਿਰ ਆਪਾਂ ਜੇ ਅੱਜ ਨਹੀਂ ਗੱਲ ਬਣਦੀ ਕੋਈ ਮੀਟਿੰਗ 'ਚ ਫਿਰ ਅੱਗੇ ਵੱਲ ਚੱਲੇ ਪਾਵਾਂਗੇ। ਧੰਨਵਾਦ।